ਬਾਕੀ ਗੱਲ ਮਾਹੌਲ ਪੱਕਾ ਪੂਰਾ ਕਿਹੜੇ ਤੂੰ ਕੀ ਦੇਖਦਾ ਰਹਿੰਦਾ ਸਾਰਾ ਦਿਨ ਜਿਹੜਾ ਅਪਡੇਟ ਲੈ ਰਿਹਾ ਕਹਿੰਦਾ ਅੱਗੇ ਕੀ ਹੋ ਗਿਆ ਕਿੱਧਰੋਂ ਕੀ ਆ ਗਿਆ ਕਹਿੰਦਾ ਰਿਪਲਾਈ ਜਿਹੜਾ ਅਪਡੇਟ ਪੂਰੀ ਲੈ ਰਿਹਾ ਜਿਹੜੇ ਨੇ ਗੁਰਗੇ ਛੱਡ ਰੱਖੇ ਜਿਹੜੇ ਤੇਰੇ ਗੁਰਗੇ ਛੱਡ ਰੱਖਿਆ ਹੋਏ ਤੇਰੇ ਮਿੱਤਰੋ ਮੈਂ ਧੰਨਵਾਦ ਕਰਨਾ ਚਾਹੁੰਦਾ ਚਾਹ ਪਿਆਉਣ ਵਾਲੇ ਵੀਰ ਦਾ ਪਹਿਲਾਂ ਮੈਂ ਪੀਊਂਗਾ ਚਾਹ ਉਦੋਂ ਬਾਅਦ ਫਿਰ ਮੈਂ ਡਾਈਟ ਤੇ ਆ ਫਿਰ ਉਦੋਂ ਬਾਅਦ ਮੈਂ ਗ੍ਰੀਨ ਟੀ ਪੀਊਂਗਾ ਤੇ ਉਹ ਕਰ ਲੈ ਇਹਨੂੰ ਬੰਦ ਕੀ ਸਾਲਾ ਸਵੇਰ ਦਾ ਲਾ ਰੱਖਿਆ ਤੂੰ ਮੇਰੀ ਗੱਲ ਸੁਣ ਤੂੰ ਬਾਹਰ ਬੂਹਰ ਨਾ ਨਿਕਲੀ ਸਾਲਾ ਮੁੱਦਾ ਭੱਜ ਗਿਆ ਉਹ ਚੱਕਰ ਪਿਆ ਪਿਆ ਬਹੁਤ ਤਕੜਾ ਨੈੱਟ ਵੀ ਮਾੜਾ ਜਿਹਾ ਦੇ ਕੇ ਹੀ ਚਲਾਈ ਹਾਂ ਮੁੱਦਾ ਭਖਿਆ ਪਿਆ ਪੂਰਾ ਰਾਤ ਇੰਤਜ਼ਾਰ ਕਰਨ ਲਾਗ ਰਹੀ ਸੈ ਤਿਆਰ ਮੈਂ ਟੱਟੂ ਹੋਵਾਂ ਸ਼ੀਸ਼ਾ ਹੈ ਨੀ ਪੱਗ ਬੰਨਣ ਨੂੰ ਔਰ ਇਸ ਨੇ ਥਾਰੀ ਪੰਜਾਬੀ ਮੇ ਕੇ ਬੋਲਾਂ ਕਿਸੇ ਫਰੰਟ ਮਿਰਰ ਕਹਤੇ ਹੈ ਆ ਪਿੱਛੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ ਹੈ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕਰੋ 93978 93978